ਮੈਂ ਇਸ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਚ ਹਾਂ। ਇੱਥੇ ਦੁਪਹਿਰ ਕੋਈ ਭੋਗ ਹੈ, ਆਮ ਤੌਰ 'ਤੇ ਭੋਗ ਹੁੰਦਾ ਹੈ ਤਾਂ ਲੋਕ ਹਲਵਾਈ ਲਾਉਂਦੇ ਨੇ, ਪਰ ਪਲੇਟ ਰੇਡ ਕਰਦੇ ਨੇ, ਬੜਾ ਖਲਾਰਾ ਖਲਾਰਦੇ ਨੇ। ਇੱਥੇ ਮੈਂ ਖਾਸੀਅਤ ਵੇਖੀ ਹੈ ਕਿ ਹਲਵਾਈ ਨਹੀਂ ਲਾਏ ਜਾਂਦੇ, ਇਹਦੇ ਵੱਧ ਸੇਵਾਦਾਰ ਲੰਗਰ ਪਕਾਉਂਦੇ ਨੇ ਅਤੇ ਜੋ ਰਸਦ ਉਹ ਵੀ ਲੈ ਕੇ ਆਉਂਦੇ ਨੇ। ਖਰਚਾ ਗੁਰੂ ਘਰ ਨੂੰ ਦਿੱਤਾ ਜਾਂਦਾ ਹੈ ਅਤੇ ਇਹਨਾਂ ਨੂੰ ਬਣਵਾਈ ਮਿਲ ਜਾਂਦੀ ਹੈ। ਬੜੇ ਪ੍ਰੇਮ ਪਿਆਰ ਨਾਲ ਗੁਰਸਿੱਖ ਲੰਗਰ ਤਿਆਰ ਕਰਦੇ ਨੇ ਅਤੇ ਹਲਵਾਈ ਨਹੀਂ ਕਰਦੇ। ਦੇਖੋ ਕਿੰਨਾ ਸੋਹਣਾ ਪ੍ਰੇਮ ਪਿਆਰ ਨਾਲ ਲੰਗਰ ਤਿਆਰ ਹੋ ਰਿਹਾ। ਦੁਪਹਿਰੇ ਹੋ ਗਿਆ, ਗੋਭੀ ਦੀ ਸਬਜ਼ੀ ਬਣ ਰਹੀ ਹੈ, ਫਲੀਆਂ ਬਣ ਰਹੀਆਂ ਨੇ, ਆਲੂ ਕੱਟੇ ਜਾ ਰਹੇ ਨੇ। ਕਹਿੰਦੇ ਪ੍ਰੇਮ ਪਿਆਰ ਹੈ ਇੱਥੇ ਅਤੇ ਸਾਰੇ ਇੱਥੇ ਬੜੇ ਖੁਸ਼ ਨੇ ਅਤੇ ਜਿਹੜੇ ਨਿਸ਼ਕਾਮ ਵੀ ਨੇ ਉਹ ਵੀ ਨਾਲ ਸੇਵਾ ਕਰਾ ਰਹੇ। ਓਹੋ ਦੇਖੋ ਕਿਤਨਾ ਪਿਆਰ ਮੁਹੱਬਤ ਹੈ ਜਿਹੜਾ ਹੋਣਾ ਚਾਹੀਦਾ ਭਾਈ ਰਣਬੀਰ ਸਿੰਘ ਨਗਰ 'ਚ। ਜੋ ਪਿਆਰ ਮੁਹੱਬਤ ਹੈ ਇੱਕ ਆਪਣਾ ਹੀ ਸੀਨ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਈ ਸਲੂਟ ਗੁਰਦੁਆਰਾ ਸ੍ਰੀ ਸਿੰਘ ਸਭਾ ਈ ਬਲਾਕ, ਪ੍ਰਬੰਧਕ ਕਮੇਟੀ ਐਂਡ ਇੱਥੋਂ ਦੀਆਂ ਸੰਗਤਾਂ।